ਸ਼ੌਂਕੀ ਕੀ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਹੈ ਰਵਿਦਾਸ ਰਹਿ ਪ੍ਰਸੰਨ। ਇਸ ਪ੍ਰੋਗਰਾਮ ਵਿੱਚ ਤੁਹਾਡਾ ਨਿੱਘਾ ਸਵਾਗਤ, ਤੁਹਾਨੂੰ ਸਾਰੀਆਂ ਹੀ ਸੰਗਤਾਂ ਨੂੰ ਬੜੇ ਹੀ ਪਿਆਰ ਸਤਿਕਾਰ ਅਦਬ ਦੇ ਨਾਲ ਜੀ ਆਇਆਂ ਆਖਦਾ ਹਾਂ। ਗੁਰੂ ਦੇ ਪਿਆਰਿਓ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਰ ਹਫ਼ਤੇ ਦੀ ਤਰ੍ਹਾਂ ਆਪਣੇ ਰਹਿਬਰਾਂ, ਮਹਾਂਪੁਰਸ਼ਾਂ, ਸਤਿਪੁਰਸ਼ਾਂ, ਪੀਰਾਂ, ਫਕੀਰਾਂ, ਸਾਧੂਆਂ, ਸੰਤਾਂ ਜਿਨ੍ਹਾਂ ਨੇ ਮਾਨਵਤਾ ਦੇ ਭਲੇ ਵਾਸਤੇ ਪਰ ਉਪਕਾਰ ਕੀਤੇ, ਮਾਨਵਤਾ ਨੂੰ ਗੁਰਮੁਖ ਬਣਾ ਕੇ ਜਿਉਣ ਦਾ ਚੱਜ ਸਿਖਾਇਆ ਅਤੇ ਜਗਤ ਜਲੰਦੇ ਨੂੰ ਠਾਰਦਿਆਂ ਹੋਇਆਂ ਆਪਣੇ ਮੁਖਾਰਬਿੰਦ ਤੋਂ ਸੋਹਣੇ ਸੋਹਣੇ ਬਚਨ ਉਚਾਰਨ ਕਰਕੇ ਜ਼ਾਲਮਾਂ ਨੂੰ ਵੀ ਸਿੱਧੇ ਰਸਤੇ ਪਾਇਆ। ਇੱਥੋਂ ਤੱਕ ਕਿ ਉਹ ਲੋਕ ਜਿਹੜੇ ਦੁਨੀਆਂ ਵਿੱਚ ਜ਼ੁਲਮ ਕਰਦੇ ਸੀ ਉਹਨਾਂ ਨੂੰ ਵੀ ਗੁਰਮੁਖ ਬਣਾਉਣ ਦੀ ਕੋਸ਼ਿਸ਼ ਕੀਤੀ। ਆਓ ਗੁਰੂ ਦੇ ਪਿਆਰਿਓ, ਦਿਓ ਆਸ਼ੀਰਵਾਦਾਂ। ਮੈਂ ਇਸ ਜੀਵ ਦੇ ਨਾਲ ਕਿਸੇ ਧਰਮ, ਸਮਾਜ, ਗੁਰੂ, ਪੀਰ ਕਿਸੇ ਦੇ ਨਿੱਜੀ ਤੌਰ 'ਤੇ ਕੋ ਮਾੜਾ ਨਾ ਬੋਲ ਸਕਾਂ। ਆਸ਼ੀਰਵਾਦਾਂ ਦਿਓ ਤਾਂ ਕਿ ਮੈਂ ਕਿਸੇ ਦੇ ਪ੍ਰਤੀ ਮੇਰੇ ਇਸ ਜੀਵ ਤੋਂ ਮਾੜਾ ਲਫ਼ਜ਼ ਨਾ ਲਿਖ ਸਕੇ। ਜੈ ਗੁਰਦੇਵ, ਧੰਨ ਗੁਰਦੇਵ। ਗੁਰੂ ਪਿਆਰਿਓ, ਤੁਸੀਂ ਮੇਰੀ ਸਕਰੀਨ ਦੇ ਉੱਤੇ ਜਿੱਥੇ ਕਿ ਮੇਰਾ ਪ੍ਰੋਗਰਾਮ ਦਾ ਏਜੰਡਾ ਹੁੰਦਾ ਹੈ, ਜਿੱਥੇ ਮੇਰੇ ਪ੍ਰੋਗਰਾਮ ਦਾ ਸਿਰਸਕ ਹੁੰਦਾ ਹੈ, ਜਿਹੜਾ ਮੈਂ ਸਬਜੈਕਟ ਲੈ ਕੇ ਆਉਂਦਾ ਉਹਦੀ ਤਸਵੀਰ ਲਾਈ ਹੁੰਦੀ ਹੈ, ਜਾਂ ਮੈਂ ਸ਼ਬਦ ਹੀ ਇਹੋ ਜਿਹਾ ਲਾ ਦਿੰਦਾ, ਉਸ ਸ਼ਬਦ ਦੇ ਵਿੱਚੋਂ ਹੀ ਘੋਖ ਕਰਕੇ ਪਤਾ ਲੱਗ ਜਾਂਦਾ ਕਿ ਅੱਜ ਦਾ ਏਜੰਡਾ ਕੀ ਹੈ। ਸਭ ਤੋਂ ਪਹਿਲਾਂ ਮੈਂ ਜੋ ਸ਼ਬਦ ਲਗਾਇਆ, ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਸਤਿਗੁਰੂ ਅਰਜਨ ਦੇਵ ਜੀ ਦੀ ਗੌੜੀ ਰਾਗ ਲਿਖ ਗੌੜੀ ਰਾਗ ਵਿੱਚ 262 ਪੰਨੇ ਤੋਂ ਲੈ ਕੇ 296 ਤੱਕ ਲਿਖੀ ਹੋਈ ਸੁਖਮਣੀ ਸਾਹਿਬ, ਔਰ ਸੁਖਮਣੀ ਸਾਹਿਬ ਦੇ ਵਿੱਚੋਂ ਇਹ ਸ਼ਬਦ ਲਿਆ ਗਿਆ। 23ਵੀਂ ਅਸ਼ਟਪਦੀ 8ਵੀਂ ਪੌੜੀ ਜੋ ਕਿ 293 ਪੰਨੇ 'ਤੇ ਆਉਂਦੀ ਹੈ। ਗੁਰੂ ਪਿਆਰੇ, ਇਹ ਸ਼ਬਦ ਦਾ ਭਾਵ ਅਰਥ ਕੀ ਹੈ? ਧੰਨ 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 ਜਨ ਆਇਆ, ਉਹ ਰੂਹਾਂ, ਉਹ ਪ੍ਰਾਣੀ, ਉਹ ਮਨੁੱਖ ਦਾ ਇਸ ਦੁਨੀਆ ਵਿੱਚ ਆਉਣਾ ਮੁਬਾਰਕ ਹੋਇਆ, ਜਿਸ ਪ੍ਰਸ਼ਾਦ ਸਭ ਜਗਤ ਤੁਰਾਇਆ, ਜਿਹਦੀ ਮਿਹਰ ਦੇ ਨਾਲ, ਜਿਹਦੀ ਕਿਰਪਾ ਦੇ ਨਾਲ, ਜਿਹਦੇ ਉਪਦੇਸ਼ਾਂ ਦੇ ਨਾਲ, ਜਿਹਦੀ ਸਿੱਖਿਆ ਦੇ ਨਾਲ, ਨਸੀਹਤਾਂ ਦੇ ਨਾਲ, ਜਿਹਦੀ ਸਤਸੰਗਤ ਦੇ ਨਾਲ, ਸ਼ਰਨ ਵਿੱਚ ਆਉਣ ਦੇ ਨਾਲ, ਔਰ ਉਹ ਸਾਰਾ ਜਗਤ ਤਰ ਜਾਂਦਾ ਹੈ, ਜਗਤ ਤਰਦਾ ਹੈ। ਜਿਹੜਾ ਇਹੋ ਜਿਹੀਆਂ ਰੂਹਾਂ ਜੋ ਸੰਸਾਰ ਵਿੱਚ ਆ ਕੇ ਨਾਮ ਜਪਦੀਆਂ ਹਨ ਅਤੇ ਜਪਾਉਂਦੀਆਂ ਹਨ, ਔਰ ਇਹੋ ਜਿਹੀਆਂ ਰੂਹਾਂ, ਇਹੋ ਜਿਹੀਆਂ ਸੱਚੀਆਂ ਸੁੱਚੀਆਂ ਰੂਹਾਂ, ਸਾਊ ਪ੍ਰਾਣੀ, ਸੋ ਉਹਨਾਂ ਦੇ ਆਉਣਾ ਇਸ ਸੰਸਾਰ ਵਿੱਚ ਮੁਬਾਰਕ ਹੈ। ਇਹ ਦਸਾਂ ਤੁਕਾਂ ਦਾ ਸ਼ਬਦ 127 ਇਹਦੇ ਅੱਖਰ ਨੇ, ਅਤੇ ਇਹਦੀਆਂ ਜਿਹੜੀਆਂ ਲਗਾ ਮਾਤਰਾ ਲੱਗੀਆਂ ਹੋਈਆਂ ਨੇ ਉਹ 83 ਲਗਾ ਮਾਤਰਾ ਨੇ। ਅਖੀਲੀਆਂ ਤੁਕਾਂ ਦੇ ਵਿੱਚ ਸਤਿਗੁਰੂ ਅਰਜਨ ਦੇਵ ਜੀ ਨੇ ਇਸ ਸ਼ਬਦ ਦੇ ਵਿੱਚ ਕਿਹਾ, ਜਨ ਨਾਨਕ ਕਾ ਇਹੋ ਸੁਆਓ, ਜਨ ਹੈ ਸੰਗ ਚਿਤ ਆਵੇ ਨਾਓ, ਆਪ ਮੁਕਤ
ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਗੁਰੂ ਦੇ ਪਿਆਰੇ ਸਤਿਗੁਰਾਂ ਨੇ ਕਿਹਾ, ਇਹੋ ਜਿਹਾ ਮਨੁੱਖ ਜਿਹੜਾ ਆਪ ਬੰਦਗੀ ਕਰਦਾ ਅਤੇ ਲੋਕਾਂ ਤੋਂ ਕਰਵਾਉਂਦਾ, ਸਾਫ਼ ਸੁਥਰੀ ਉਹਨਾਂ ਦਾ ਆਪਣਾ ਅੰਦਰੋਂ ਪਰਮਾਤਮਾ ਨਾਲ ਜੁੜਿਆ ਹੋਇਆ, ਔਰ ਜਦੋਂ ਇਸ ਸੰਸਾਰ ਵਿੱਚ ਆਉਂਦਾ ਪਹਿਲਾਂ ਤਾਂ ਉਹ ਆਪ ਦੁਨੀਆ ਦੀ ਇਸ ਜਿਹੜੀ ਸਾਹਮਣੇ ਮਾਇਆ ਜਿਹੜੀ ਸਾਨੂੰ ਵਿਕਾਰਾਂ ਵੱਲ ਲਾਉਂਦੀ ਹੈ, ਉਸ ਵਿਕਾਰਾਂ ਭਰੀ ਮਾਇਆ ਤੋਂ ਮੁਕਤ ਹੁੰਦਾ ਅਤੇ ਜਿਹੜੇ ਇਹਨਾਂ ਦੀ ਸ਼ਰਨ ਵਿੱਚ ਆਉਂਦੇ ਨੇ ਔਰ ਉਹਨਾਂ ਨੂੰ ਵੀ ਮੁਕਤ ਕਰਦਾ। ਅਤੇ ਇਹੋ ਜਿਹੇ ਮਨੁੱਖ ਨੂੰ, ਇਹੋ ਜਿਹੀ ਸਾਊ ਰੂਹ ਨੂੰ, ਇਹੋ ਜਿਹੇ ਗੁਰੂ, ਇਹੋ ਜਿਹੀ ਸ਼ਖਸੀਅਤ ਜੋ ਕਿ ਉਸ ਅਕਾਲ ਪੁਰਖ ਦੇ ਨਾਲ ਤੁਰ ਤੋਂ ਜੁੜੀ ਆਈ ਨੇ, ਸਤਿਗੁਰੂ ਨਾਨਕ ਜੀ ਜੀ ਪੰਜਵੀਂ ਪਾਤਸ਼ਾਹੀ ਦੇ ਰੂਪ ਵਿੱਚ ਕਹਿੰਦੇ ਨੇ ਕਿ ਇਹੋ ਜਿਹੇ ਪ੍ਰਾਣੀਆਂ ਨੂੰ ਸਾਡਾ ਬਾਰੰਬਾਰ ਨਮਸਕਾਰ, ਸਦਾ ਹੀ ਪ੍ਰਣਾਮ ਹੈ। ਆਓ ਗੁਰੂ ਪਿਆਰਿਓ, ਇਸ ਸੰਬੰਧ ਵਿੱਚ ਮੈਂ ਇੱਕ ਗੱਲ ਕਰ ਜਾਵਾਂ। ਸਾਡਾ ਇੱਕ ਦੁਖਾਂਤ ਹੈ, ਬਹੁਤ ਵੱਡਾ ਦੁਖਾਂਤ ਹੈ। ਜਦੋਂ ਮੈਂ ਇਤਿਹਾਸ ਦੀਆਂ ਕਿਤਾਬਾਂ ਚੁੱਕਦਾ, ਇਤਿਹਾਸ ਚੁੱਕਦਾ, ਬਾਣੀ ਹੋਵੇ, ਸਤਪੁਰਸ਼ ਹੋਣ, ਇਹੋ ਜਿਹੇ ਮਹਾਂਪੁਰਸ਼ ਹੋਣ, ਇਤਿਹਾਸ ਨੂੰ ਜਦੋਂ ਫੁੱਲਣ ਲੱਗਦੇ ਹਾਂ, ਇੱਕ ਇਤਿਹਾਸ ਨੂੰ ਫੁੱਲਿਆ, ਜਦੋਂ ਦੂਸਰੇ ਨੂੰ ਫੁੱਲਣ ਦਾ ਯਤਨ ਕਰੀਏ, ਤਾਂ ਦੁਖਾਂਤ ਇਹੀ ਹੈ ਕਿ ਇਹਨਾਂ ਮਹਾਂਪੁਰਸ਼ਾਂ ਦੀਆਂ ਜਨਮ ਤਰੀਕਾਂ ਦਾ ਸਨ, ਔਰ ਇੱਥੋਂ ਤੱਕ ਕਿ ਸਮੇਂ ਦਾ ਵੀ ਪੂਰਾ ਪਤਾ ਨਹੀਂ ਹੁੰਦਾ। ਕੋਈ ਕੁਛ ਲਿਖ ਦਿੰਦਾ, ਕੋਈ ਕੁਛ ਲਿਖ ਦਿੰਦਾ। ਮੈਂ ਜਦੋਂ ਸਤਿਗੁਰ ਰਵਿਦਾਸ ਮਾਈ ਦਾ ਗੁਰਪੁਰਬ ਆਉਂਦਾ, ਤਕਰੀਬਨ ਮੈਂ 14-15 ਤਰੀਕਾਂ ਦੇ ਵਿੱਚੋਂ, ਜਿਹੜੀ ਮਜੋਰਟੀ ਤਰੀਕ ਹੁੰਦੀ ਹੈ 1433 ਮਾਘ ਸੁਦੀ ਪੰਦਰਾਸ, ਦੁਖੀਓ ਕੇ ਕਲਿਆਣ ਹਿੱਤ ਪ੍ਰਗਟੇ ਸ੍ਰੀ ਰਵਿਦਾਸ, ਇਹ ਮਜੋਰਟੀ ਮੈਂ ਜਿਹੜੇ ਇਤਿਹਾਸਕਾਰ ਨੇ, ਇਤਿਹਾਸ ਦੇ ਪਾਰਖੂ ਨੇ, ਵਿਦਵਾਨ ਨੇ, ਉਹਨਾਂ ਦੇ ਵਿੱਚੋਂ ਕੱਢ ਕੇ ਫਿਰ ਫੈਸਲਾ ਲੈਂਦਾ ਕਿ ਮਜੋਰਟੀ ਨੂੰ ਮੰਨ ਲਿਆ ਜਾਣਾ ਚਾਹੀਦਾ। ਅੱਜ ਜਿਸ ਮਹਾਨ ਮਹਾਂਪੁਰਸ਼ ਨੂੰ ਮੈਂ ਲੈ ਕੇ ਹਾਜ਼ਰ ਹੋਇਆ ਹਾਂ, ਉਦਾਸੀਨ ਮਹਾਂਪੁਰਸ਼ ਔਰ ਕੁੱਲ ਦੇ ਵਿਦਵਾਨ, ਸ੍ਰੀ 108 ਬਾਬਾ ਸ੍ਰੀ ਚੰਦ ਜੀ। ਸਭ ਤੋਂ ਪਹਿਲਾਂ ਤਾਂ ਮੈਂ ਇੱਕ ਬੇਨਤੀ ਕਰਦਿਆਂ ਕਿ ਅੱਜ ਅਸੀਂ ਕਿੰਤੂ ਪਰੰਤੂ ਹਰ ਚੀਜ਼ 'ਤੇ ਕਰਨਾ ਸ਼ੁਰੂ ਕਰ ਦਿੱਤਾ। ਮੈਂ ਇਤਿਹਾਸ ਪੜ੍ਹ ਰਿਹਾ ਸੀ ਕਿ ਦੁਖਾਂਤ ਇਹੀ ਹੈ ਕਿ ਅਸੀਂ ਸਹੀ ਇਤਿਹਾਸ ਨੂੰ ਵੀ ਆਪਣੇ ਮੁਤਾਬਕ ਢਾਲ ਕੇ ਦੱਸਣ ਦੀ ਕੋਸ਼ਿਸ਼ ਕਰਦੇ ਹਾਂ। ਮੈਂ ਇਤਿਹਾਸ ਪੜ੍ਹ ਰਿਹਾ ਸੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿੱਥੇ ਪ੍ਰਕਾਸ਼ ਪਹਿਲੀ ਵਾਰੀ ਕੀਤਾ ਗਿਆ, ਸ੍ਰੀ ਹਰਿਮੰਦਰ ਸਾਹਿਬ ਜੀ ਦਾ 1588 ਦੇ ਵਿੱਚ, 1 ਜਨਵਰੀ 1588 ਦੇ ਵਿੱਚ ਨੀਂਹ ਪੱਥਰ ਰੱਖਿਆ ਗਿਆ ਸੀ। ਸੰਤ ਮਸ਼ਕੀਨ ਜੀ ਜਿਹੜੇ ਕਿ ਪੰਥ ਰਤਨ ਨੇ, ਜਿਨ੍ਹਾਂ ਨੇ ਸਾਰੀ ਉਮਰ ਬਾਣੀ ਦਾ ਉਪਦੇਸ਼, ਬਾਣੀ ਦੀ ਵਿਆਖਿਆ, ਬਾਣੀ ਨੂੰ ਹੀ ਪ੍ਰਚਾਰਿਆ, ਔਰ ਉਹਨਾਂ ਨੇ ਵੀ ਗਵਾਹੀ ਦਿੱਤੀ ਹੈ। ਹੋਰ 15-20 ਇਹੋ ਜਿਹੇ ਵਿਦਵਾਨ ਨੇ ਜਿਨ੍ਹਾਂ ਨੇ ਗਵਾਹੀ ਦਿੱਤੀ ਹੈ ਕਿ ਇਸ
ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਸਾਈ ਮੀਆਂ ਮੀਰ ਜੀ ਮਹਾਂਪੁਰਸ਼ਾਂ ਨੇ ਰੱਖਿਆ ਸੀ। ਅਤੇ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਸੰਤ ਸਿੰਘ ਜੀ ਮਸਕੀਨ, ਪੰਥ ਰਤਨ ਇਹੋ ਜਿਹੇ ਵਿਦਵਾਨ ਆਦਮੀਆਂ ਨੂੰ ਇੱਕ ਪਰੇ ਕਰਕੇ ਇਹਨਾਂ ਵਿਦਵਾਨਾਂ ਨੂੰ, ਸੰਤ ਪੁਰਸ਼ਾਂ ਨੂੰ, ਇਹੋ ਜਿਹੀਆਂ ਮਹਾਨ ਹਸਤੀਆਂ ਨੂੰ ਪਰੇ ਕਰਕੇ ਸਾਡੇ ਵਰਗੇ ਗਿਆਨਾ ਸਿੰਘ ਹੁਣ ਇਹ ਕਹਿਣ ਲੱਗ ਪਏ ਨੇ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿੱਚ ਰੱਖਿਆ ਗਿਆ, ਪ੍ਰਕਾਸ਼ ਕੀਤਾ ਗਿਆ 1604 ਦੇ ਵਿੱਚ, ਔਰ ਜਿਹੜਾ ਸ੍ਰੀ ਹਰਿਮੰਦਰ ਸਾਹਿਬ ਬਣਿਆ ਉਹਦਾ ਨੀਂਹ ਪੱਥਰ ਮੀਆਂ ਮੀਰ ਜੀ ਨੇ ਨਹੀਂ ਰੱਖਿਆ। ਮੈਂ ਉਹਨਾਂ ਨੂੰ ਬੜੇ ਹੀ ਪਿਆਰ ਦੇ ਨਾਲ ਇੱਕ ਬੇਨਤੀ ਕਰਦਾ, ਜਿਹੜਾ ਇਤਿਹਾਸ ਚੱਲਦਾ ਆ ਰਿਹਾ ਸਦੀਆਂ ਤੋਂ, ਉਹਦੇ ਵਿੱਚ ਆਪਣਾ ਗਿਆਨ ਪੁਣਾ, ਜਿਹੜੀ ਆਪਣੀ ਬੁੱਧੀ ਹੈ, ਅਲਪ ਬੁੱਧੀ ਹੈ, ਉਹਨੂੰ ਆਪਣੇ ਖਜ਼ਾਨੇ ਵਿੱਚ ਰੱਖਿਆ ਜਾਵੇ ਤਾਂ ਕਿ ਐਡੇ ਐਡੇ ਮਹਾਨ ਮਹਾਂਪੁਰਸ਼ਾਂ ਨੂੰ ਨਕਾਰਿਆ ਨਾ ਜਾ ਸਕੇ। ਨੰਬਰ ਇੱਕ, ਹੁਣ ਬਾਬਾ ਸ੍ਰੀ ਚੰਦ ਜੀ ਦਾ ਗੁਰਪੁਰਬ, ਇਹਨਾਂ ਦਾ ਪ੍ਰਕਾਸ਼ ਦਿਹਾੜਾ, ਔਰ ਇਹਨਾਂ ਦੇ ਸੰਬੰਧ ਵਿੱਚ ਜਦੋਂ ਮੈਂ ਇਤਿਹਾਸ ਪੜ੍ਹਿਆ, ਕਿਤੇ ਕੋਈ ਤਰੀਕ ਹੈ, ਕਿਤੇ ਕੋਈ ਤਰੀਕ ਹੈ, ਕਿਤੇ ਕੋਈ ਤਰੀਕ ਹੈ, ਪਿਛਲੇ ਸਾਲ ਕੁਛ ਮਨਾਇਆ, ਪਰ ਜਦੋਂ ਮੈਂ ਫਿਰ ਕੈਲੰਡਰ ਵੱਲ ਆਵਾਂ, ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਜਦੋਂ ਮੈਂ ਪੂਰੀ ਸਰਚ ਕੀਤੀ, ਇਤਿਹਾਸ ਖੋਲ੍ਹਿਆ, ਅਤੇ ਉਹਦੇ ਵਿੱਚੋਂ ਅੱਜ 8 ਸਤੰਬਰ 1494 ਨੂੰ ਬਾਬਾ ਸ੍ਰੀ ਚੰਦ ਜੀ ਮਾਤਾ ਸਤਿਕਾਰਯੋਗ ਸੁਲੱਖਣੀ ਦੁਨੀਆ ਦੇ ਪਾਲਕ ਨਿਰੰਕਾਰੀ ਜੋਤ ਸਤਿਗੁਰੂ ਨਾਨਕ ਦੇਵ ਜੀ ਦੇ ਗ੍ਰਹਿ ਵਿਖੇ ਸੁਲਤਾਨਪੁਰ ਦੀ ਪਵਿੱਤਰ ਧਰਤੀ 'ਤੇ ਪ੍ਰਗਟ ਹੋਏ। ਹੁਣ ਮੈਂ ਇੱਥੇ ਗੱਲ ਕਹਿ ਜਾਵਾਂ ਕਿ ਗੁਰੂ ਦੇ ਪਿਆਰਿਓ, ਬਾਣੀ ਦੇ ਵਿੱਚ ਤੁਕ ਕਹਿੰਦੇ ਆਉਂਦੀ ਹੈ, ਰਾਮਕਲੀ ਮਹੱਲਾ 5 967 ਪੰਨੇ ਦੇ ਉੱਤੇ ਕਹਿੰਦੇ ਆ, ਪੁੱਤਰੀ ਕੌਲ ਨਾ ਪਾਲਿਓ ਕਰ ਫਿਰ ਹੋਂ ਕੰਨ ਮਰੁੱਟੀਏ। ਇਹਨਾਂ ਦੇ ਬਾਰੇ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ, ਜਿਹੜੇ ਕਿ ਸਤਿਗੁਰੂ ਨਾਨਕ ਦੇਵ ਜੀ ਦੇ ਫਰਜੰਦ ਨੇ, ਸਤਿਗੁਰੂ ਨਾਨਕ ਦੇਵ ਨਿਰੰਕਾਰੀ ਜੋਤ ਦੇ ਗ੍ਰਹਿ ਵਿਖੇ ਇਹੋ ਜਿਹੇ ਮਹਾਨ ਮਹਾਂਪੁਰਸ਼ ਪ੍ਰਗਟ ਹੋਏ ਨੇ, ਇਹਨਾਂ 'ਤੇ ਵੀ ਇਸ ਬਾਣੀ ਦੀਆਂ ਤੁਕਾਂ ਨੂੰ ਗਲਤ ਬਿਆਨ ਕਰਕੇ, ਵਿਆਖਿਆ ਕਰਕੇ ਕਿੰਤੂ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਪੁੱਤਰਾਂ ਨੇ ਗੁਰੂ ਨਾਨਕ ਦੇਵ ਜੀ ਦਾ ਕਹਿਣਾ ਨਹੀਂ ਮੰਨਿਆ, ਉਹਨਾਂ ਵੱਲ ਨੂੰ ਪਿੱਠ ਕਰਕੇ ਸਤਿਗੁਰਾਂ ਦੇ ਆਗਿਆਕਾਰੀ ਨਿਰਣੈ ਇਹਨਾਂ ਤੋਂ ਬੇਮੁੱਖ ਹੋ ਗਏ। ਮੈਂ ਇੱਕ ਬੇਨਤੀ ਕਰਾਂ, ਅਤੇ ਜੇ ਇਹ ਤੁਕਾਂ ਸਤਿਗੁਰੂ ਨਾਨਕ ਦੇਵ ਜੀ ਨੇ ਲਿਖੀਆਂ ਹੁੰਦੀਆਂ ਫਿਰ ਤਾਂ ਮੈਂ ਮੰਨ ਲੈਂਦਾ ਹੈ। ਇਹ ਤੁਕਾਂ ਸਤਿਗੁਰੂ ਅਰਜਨ ਦੇਵ ਜੀ ਦੀਆਂ ਲਿਖੀਆਂ ਹੋਈਆਂ ਨੇ। ਅਰਜਨ ਦੇਵ ਜੀ ਦੇ ਨਾਲ ਸੱਤਾ ਬਲਵੰਡ, ਜਿਨ੍ਹਾਂ ਨੇ ਕੀਰਤਨ ਕਰਨ ਤੋਂ ਵੀ ਨਾਂਹ ਕਰ ਦਿੱਤੀ ਸੀ, ਸਤਿਗੁਰੂ ਅਰਜਨ ਦੇਵ ਜੀ ਵੱਲ ਨੂੰ ਪਿੱਠ ਕਰ ਲਈ ਸੀ। ਹੋ ਸਕਦਾ ਸਤਿਗੁਰੂ ਅਰਜਨ ਦੇਵ ਜੀ ਨੇ, ਜਿਨ੍ਹਾਂ ਨੇ ਸੱਤਾ ਅਤੇ ਬਲਵੰਡ ਨੂੰ, ਕੀਰਤਨਕਾਰਾਂ ਨੂੰ ਬੇਅੰਤ ਮਾਇਆ ਵੀ ਦਿੱਤੀ, ਉਹਨਾਂ ਦੇ ਜੀਵਨ ਦੇ ਵਿੱਚੋਂ ਗਰੀਬੀ ਵੀ ਚੁੱਕੀ ਅਤੇ ਸਮੁੱਚੇ ਸੰਸਾਰ ਦੇ ਵਿੱਚ, ਸਿੱਖਾਂ ਦੇ ਵਿੱਚ ਉਹਨਾਂ ਦੀ ਪੂਰੀ ਇੱਜ਼ਤ ਸਤਿਕਾਰ ਵੀ ਕਰਾਇਆ,
ਪੁੱਤਰ ਬਣਾ ਕੇ ਉਹਨਾਂ ਨੂੰ ਪਾਲਿਆ ਵੀ। ਹੋ ਸਕਦਾ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਦੇ ਬਾਰੇ ਕੀਤਾ, ਜਦੋਂ ਸੱਤੇ ਅਤੇ ਬਲਵੰਡ ਨੇ ਸਤਿਗੁਰੂ ਅਰਜਨ ਦੇਵ ਜੀ ਨੂੰ ਕੀਰਤਨ ਕਰਨ ਤੋਂ ਨਾਂਹ ਕਰ ਦਿੱਤੀ ਸੀ, ਅਤੇ ਗੁਰੂ ਦੇ ਪਿਆਰੇ ਭਾਈ ਲੱਦਾ ਜੀ ਨੇ ਕਾਲਾ ਮੂੰਹ ਕਰਾ ਕੇ ਮਾਫ਼ੀ ਮੰਗ ਕੇ ਇਹਨਾਂ ਨੂੰ ਫਿਰ ਦਰਬਾਰ ਦੇ ਨਾਲ ਜੋੜਿਆ ਸੀ। ਆਓ ਮੈਂ ਇੱਥੇ ਇੱਕ ਗੱਲ ਕਹਿ ਜਾਵਾਂ, ਸਤਿਗੁਰੂ ਨਾਨਕ ਦੇਵ ਜੀ ਇਹੋ ਜਿਹੀ ਜੋਤ ਜਿਹੜੀ ਦਸਾਂ ਜਾਮਿਆਂ ਦੇ ਵਿੱਚ ਇਸ ਜਗਤ ਜਲੰਧੇ ਨੂੰ ਠਾਰਨ ਆਈ ਹੈ, ਜਿਨ੍ਹਾਂ ਦੀ ਸਤਿਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੇਅੰਤ ਬਾਣੀ ਔਰ ਸਿੱਖੀ ਦੇ ਪਹਿਲੇ ਮਹਾਂਪੁਰਸ਼ ਮੰਨੇ ਗਏ ਨੇ, ਔਰ ਜਿਨ੍ਹਾਂ ਨੇ ਇਸ ਸੰਸਾਰ ਵਿੱਚ ਆ ਕੇ ਆਪ ਜਪੋ ਅਵਰਾ ਨਾਮ ਜਪਾਵੋ ਦੁਨੀਆਂ ਨੂੰ ਤਾਰਿਆ। ਕੀ ਉਹਨਾਂ ਦੇ ਘਰ ਬੇਮੁੱਖ ਜਾਂ ਨਲਾਇਕ ਜਾਂ ਮੈਂ ਉਹ ਲਫ਼ਜ਼ ਨਹੀਂ ਬੋਲਣਾ ਚਾਹੁੰਦਾ, ਕੀ ਇਹੋ ਜਿਹੇ ਬੱਚੇ ਪੈਦਾ ਹੋ ਸਕਦੇ ਇਹੋ ਜਿਹੇ ਮਹਾਨ ਹਸਤੀ ਦੇ ਘਰ? ਉਹ ਗੋਦ ਜਿਹੜੀ ਧਨ ਧਨ ਮਾਤਾ ਜਨ ਜਣਿਆ ਗੁਰਮਾਏ, ਜਿਨ੍ਹਾਂ ਦੀ ਪਵਿੱਤਰ ਕੁੱਖ ਤੋਂ ਬਾਬਾ ਸ੍ਰੀ ਚੰਦ ਜੀ ਪ੍ਰਗਟ ਹੋਏ, ਕਿ ਮਾਤਾ ਸੁਲੱਖਣੀ ਜੀ ਦੀ ਕੁੱਖ ਇਹੋ ਜਿਹੀ ਸੀ ਜਿਹਦੇ 'ਤੇ ਅੱਜ ਕਿੰਤੂ ਪਰੰਤੂ ਸਾਡੇ ਗਿਆਨਾ ਸਿੰਘ ਕਰ ਰਹੇ ਨੇ, ਗਿਆਨੀ ਨਹੀਂ ਵਿਦਵਾਨ ਨਹੀਂ ਗਿਆਨਾ ਸਿੰਘ ਕਰ ਰਹੇ ਨੇ। ਮੈਂ ਫਿਰ ਬੇਨਤੀ ਕਰਾਂ, ਗੁਰੂ ਦੇ ਪਿਆਰੇ ਜਿਸ ਮਹਾਂਪੁਰਸ਼ ਨੇ 150 ਸਾਲ ਸਤਿਗੁਰਾਂ ਤੋਂ ਗਿਆਨ ਲੈ ਕੇ ਆਪਣੇ ਪਿਤਾ ਜੀ ਤੋਂ ਪੂਰਾ ਗਿਆਨ ਲੈ ਕੇ ਹੁਕਮ ਮੰਨ ਕੇ ਨਾਮ ਜਪਣਾ ਬਣ ਛਕਣਾ ਕਿਰਤ ਕਰਨੀ, ਇਹ ਹੁਕਮ ਲੈ ਕੇ ਗੁਰੂ ਦੇ ਪਿਆਰਿਓ 150 ਸਾਲ ਸਮਾਧੀਆਂ ਲਾ ਕੇ ਆਪ ਨਾਮ ਜਪਿਆ ਅਤੇ ਜਪਾਇਆ, ਅਤੇ ਦੁਨੀਆ ਭਰ ਦੇ ਵਿੱਚ ਅੱਜ ਉਦਾਸੀਨ ਸੰਪਰਦਾਇ ਦਾ ਬੋਲਬਾਲਾ, ਅੱਜ ਥਾਂ ਥਾਂ ਦੇ ਉੱਤੇ ਕਿਤੇ ਚੰਦਰ ਦੇਵ ਜੀ ਇਹਨਾਂ ਨੂੰ ਕਿਹਾ ਜਾਂਦਾ, ਕਿਤੇ ਭਗਵਾਨ ਸ੍ਰੀ ਚੰਦਰ ਜੀ ਕਿਹਾ ਜਾਂਦਾ, ਕਿਤੇ ਸੁਆਮੀ ਸ੍ਰੀ ਚੰਦਰ ਜੀ ਕਿਹਾ ਜਾਂਦਾ, ਔਰ ਇਹਨਾਂ ਨੂੰ ਮੱਥੇ ਟੇਕ ਜਾਂਦੇ ਨੇ। ਉਦਾਸੀਨ ਸੰਪਰਦਾਇ ਦੇ ਆਪਣੇ ਅਖਾੜੇ ਨੇ ਔਰ ਉਹਨਾਂ ਨੂੰ ਦੁਨੀਆ ਮੰਨ ਕੇ ਮੱਥੇ ਟੇਕਦੇ ਨੇ, ਔਰ ਬੇਅੰਤ ਬੇਅੰਤ ਡੇਰਿਆਂ ਦੇ ਵਿੱਚ ਇਹਨਾਂ ਮਹਾਂਪੁਰਸ਼ਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਇਹ ਤਾਂ ਸੀ ਗੱਲ। ਦੂਸਰੀ ਗੱਲ ਕਹਿੰਦੇ ਆ ਉਦਾਸੀਨ ਗੱਦੀ ਕੀ ਆ? ਮੈਂ ਇੱਥੇ ਬੇਨਤੀ ਕਰਦੇ ਹਾਂ, ਉਦਾਸੀਨ ਦਾ ਮਤਲਬ ਹੈ ਗ੍ਰੈਮੇਟਿਕਲੀ ਜਿਹੜਾ ਸ਼ਬਦ ਕੋਸ਼ ਦੇ ਵਿੱਚ ਆਉਂਦਾ, ਉਦ ਤੋਂ ਭਾਵ ਹੈ ਬ੍ਰਹਮ, ਅਸੀਨ ਤੋਂ ਭਾਵ ਹੈ ਸੁੱਥੇ ਥੋਣਾ, ਬ੍ਰਹਮ ਦੇ ਵਿੱਚ ਜੁੜ ਜਾਣਾ, ਲੀਨ ਹੋ ਜਾਣਾ, ਅਭੇਦ ਹੋ ਜਾਣਾ, ਉਹਦੀ ਬੰਦਗੀ ਕਰਕੇ ਉਹਦਾ ਆਪ ਹੋ ਜਾਣਾ, ਉਹਨੂੰ ਸਮਰਪਿਤ, ਬ੍ਰਹਮ ਨੂੰ ਸਮਰਪਿਤ ਹੋ ਜਾਣਾ। ਸੰਤ ਅਨੰਤ ਹੈ ਅੰਤਰ ਨਾਹੀ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਜਦੋਂ ਇੱਦਾਂ ਦੀ ਬਿਰਤੀ ਬਣ ਜਾਣੀ ਉਹ ਉਦਾਸੀਨ ਨੇ। ਗੁਰੂ ਦੇ ਪਿਆਰਿਓ ਉਹਦਾ ਮਤਲਬ ਹੈ ਉਦਾਸੀਨ। ਉਦਾਸੀਨ ਉਹ ਮਹਾਨ ਰੂਹਾਂ ਜਿਹੜੀਆਂ ਨਿਰੰਕਾਰ ਦੇ ਵਿੱਚ ਜੁੜ ਜਾਣ, ਭਾਵੇਂ ਕਿਸੇ ਰੂਪ ਵਿੱਚ ਹੈ। ਉਦਾਸੀਨ ਦੀਆਂ 6-7 ਸੰਪਰਦਾਵੇਂ ਜਾਂ ਗੱਦੀਆਂ ਬਣੀਆਂ ਹੋਈਆਂ ਨੇ, ਇਹਨਾਂ ਦੇ ਭੇਦ ਨੇ, ਕਾਇੰਡਸ ਨੇ, ਟਾਈਪਸ ਨੇ, ਮੈਂ ਉਹਨਾਂ ਦਾ ਬਾਅਦ ਵਿੱਚ ਜ਼ਿਕਰ ਕਰਾਂਗਾ।
ਇਹ ਉਦਾਸੀਨ ਇਹਨਾਂ ਦਾ ਵੱਖਰਾ ਪੰਥ ਨਹੀਂ ਸੀ। ਆਓ ਮੈਂ ਜਦੋਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੁਲਤਾਨਪੁਰੇ ਤੋਂ ਉਦਾਸੀਆਂ ਸ਼ੁਰੂ ਕਰਦੇ ਨੇ, ਆਪਣੇ ਬੱਚਿਆਂ ਨੂੰ ਸੁਲਤਾਨਪੁਰ ਛੱਡ ਕੇ ਉਦਾਸੀਆਂ ਸ਼ੁਰੂ ਕਰਦੇ ਨੇ, 40-45 ਹਜ਼ਾਰ ਮੀਲ ਸਤਿਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ, 4 ਉਦਾਸੀਆਂ ਕੀਤੀਆਂ। ਔਰ ਫਿਰ 1922 ਦੇ ਵਿੱਚ ਕਰਤਾਰਪੁਰਾ ਗੁਰਦਾਸਪੁਰ ਰਾਵੀ ਦੇ ਕੰਢੇ ਉੱਥੇ ਆ ਕੇ ਮੁੜ ਕੇ ਆਸਣ ਲਾ ਲਿਆ, ਸਾਰੀ ਦੁਨੀਆ ਨੂੰ, ਸਾਰੇ ਪੀਰਾਂ ਫਕੀਰਾਂ ਦੇ ਵਿੱਚ, ਸਾਰੇ ਧਰਮ ਆਗੂਆਂ ਦੇ ਵਿੱਚ, ਧਾਰਮਿਕ ਸਥਾਨਾਂ ਦੇ ਉੱਤੇ ਜਾ ਕੇ ਜਿੱਥੇ ਵੀ ਕੋਈ ਧਰਮ ਆ, ਈਸਾਈ ਮਤ ਦਾ ਹੋਵੇ, ਮੁਸਲਮਾਨ ਮਤ ਦਾ ਹੋਵੇ, ਜਾਂ ਕੋਈ ਕਿਸੇ ਵੀ ਹਿੰਦੂ ਧਰਮ ਦਾ ਵੀ ਹੋਵੇ, ਜਿੱਥੇ ਵੀ ਕੋਈ ਧਾਰਮਿਕ ਅਸਥਾਨ ਸੀ, ਗੁਰੂ ਬਾਬਾ ਸਤਿਗੁਰੂ ਨਾਨਕ ਦੇਵ ਜੀ 4 ਉਦਾਸੀਆਂ ਦੇ ਵਿੱਚ ਲੋਕਾਂ ਦੇ ਵਹਿਮਾਂ ਭਰਮਾਂ ਨੂੰ, ਕੱਟੜਤਾ ਨੂੰ ਦੂਰ ਕਰਦਿਆਂ ਹੋਇਆਂ 4 ਉਦਾਸੀਆਂ ਕਰਕੇ ਆਖਰ ਨੂੰ ਗੁਰੂ ਦੇ ਪਿਆਰਿਓ 1522 ਦੇ ਵਿੱਚ ਕਰਤਾਰਪੁਰਾ ਜਿਹੜਾ ਕਿ ਹੁਣ ਲਾਂਘਾ ਖੁੱਲਿਆ ਉੱਥੇ ਆ ਕੇ ਆਸਣ ਲਗਾ ਦਿੱਤਾ। 17 ਸਾਲ ਜਾਂ 18 ਸਾਲ ਇਤਿਹਾਸ ਦੱਸਦਾ, 22 ਸਤੰਬਰ 1539 ਤੱਕ ਸਤਿਗੁਰੂ ਨਾਨਕ ਦੇਵ ਜੀ ਨੇ ਜਿੱਦਣ 70 ਸਾਲ 4 ਮਹੀਨੇ 3 ਦਿਨਾਂ ਦੇ ਜੀਵਨ ਜ਼ਿੰਦਗੀ ਭੋਗ ਕੇ 22 ਸਤੰਬਰ 1539 ਨੂੰ ਜੋਤੀ ਜੋਤ ਸਮਾਇਆ, ਔਰ ਉਸ ਤੋਂ ਪਹਿਲਾਂ 18 ਸਾਲ ਕਰਤਾਰਪੁਰ ਗੁਰਦਾਸਪੁਰ ਰਾਵੀ ਦੇ ਕੰਢੇ 1504 ਵਿੱਚ ਸ਼ਹਿਰ ਵਸਾ ਕੇ ਇੱਥੇ ਖੇਤੀ ਕੀਤੀ 18 ਸਾਲ। ਅਤੇ ਖੇਤੀ ਕਰਕੇ ਨਾਮ ਜਪੋ, ਵੰਡ ਸਕੋ, ਕਿਰਤ ਕਰਨ ਦਾ ਲੋਕਾਂ ਨੂੰ ਹੋਕਾ ਦਿੱਤਾ। ਔਰ ਇਸ ਹੋਕੇ ਤੋਂ ਪਹਿਲਾਂ ਜਦੋਂ ਇੱਥੇ 1522 ਦੇ ਵਿੱਚ ਆ ਕੇ ਆਸਣ ਲਗਾਇਆ ਭਾਈ ਗੁਰਦਾਸ ਜੀ, ਗੁਰੂ ਦੇ ਪਿਆਰਿਓ ਭਾਈ ਗੁਰਦਾਸ ਜੀ, ਫਿਰ ਇਹਦੇ ਬਾਰੇ ਆਪਣੀ ਬਾਣੀ ਵਿੱਚ ਆਪਣੀਆਂ ਤੁਕਾਂ ਇਵੇਂ ਰਚਦੇ ਨੇ, ਕਰਤਾਰਪੁਰ ਭੇਖ ਉਦਾਸੀ ਸੁਗਲ ਉਤਾਰਾ। ਜਿਹੜਾ ਉਦਾਸੀਨ ਦਾ ਭੇਖ ਗੁਰੂ ਨਾਨਕ ਦੇਵ ਜੀ ਨੇ ਪਹਿਨਿਆ ਹੋਇਆ ਸੀ, ਔਰ ਉਹ ਉਤਾਰ ਕੇ ਪੈਰ ਸੰਸਾਰੀ ਕੱਪੜੇ ਫਿਰ ਦੁਨਿਆਵੀ ਕੱਪੜੇ ਪਹਿਨ ਲਏ, ਔਰ ਉਸ ਤੋਂ ਬਾਅਦ ਮੰਜੀ ਬੈਠ ਕੀਆ ਅਵਤਾਰਾ, ਫਿਰ ਉਸ ਜਗ੍ਹਾ ਦੇ ਉੱਤੇ ਬੈਠ ਕੇ ਉਹਨਾਂ ਦੇ ਸ਼ਰਨ ਵਿੱਚ ਆਈਆਂ ਸੰਗਤਾਂ ਨੂੰ ਪੂਰਾ ਉਪਦੇਸ਼ ਦਿੱਤਾ। ਗੁਰੂ ਦੇ ਪਿਆਰਿਓ, ਜਦੋਂ ਸਤਿਗੁਰੂ ਨਾਨਕ ਦੇਵ ਜੀ ਦੀ ਭੈਣ ਬੇਬੇ ਨਾਨਕੀ ਜੀ, ਜਿਨ੍ਹਾਂ ਨੇ ਬਾਬਾ ਸ੍ਰੀ ਚੰਦ ਜੀ ਨੂੰ ਪੁੱਤਾਂ ਵਾਂਗ ਪਾਲਿਆ, ਕਿਉਂਕਿ ਬੇਬੇ ਨਾਨਕੀ ਦੇ ਘਰ ਔਲਾਦ ਨਹੀਂ ਸੀ, ਸੰਤਾਨ ਨਹੀਂ ਸੀ, ਜਦੋਂ ਭਾਈਆ ਜੈ ਰਾਮ ਜੀ ਚੋਲਾ ਛੱਡ ਜਾਂਦੇ ਨੇ ਅਤੇ ਫਿਰ ਸਾਰਾ ਹੀ ਪਰਿਵਾਰ ਬਾਬਾ ਸ੍ਰੀ ਚੰਦ ਜੀ, ਮਾਤਾ ਸੁਲੱਖਣੀ ਜੀ ਅਤੇ ਲਕਸ਼ਮੀ ਦਾਸ ਜੀ ਫਿਰ ਆਪਣੇ ਨਾਨਕੇ ਪੱਖੋਂ ਕੇ ਰਦਾਵੇ ਆ ਜਾਂਦੇ ਨੇ, ਔਰ ਉਸ ਤੋਂ ਬਾਅਦ
ਸਤਿਗੁਰੂ ਨਾਨਕ ਦੇਵ ਜੀ ਨੇ ਜਿਹੜਾ ਭੇਖੀ ਉਤਾਰਾ ਆਪਣੇ ਪੁੱਤਰ ਦੇ ਗਲ ਵਿੱਚ ਪਾ ਦਿੱਤਾ, ਵੀ ਭਾਈ ਅੱਗੇ ਤੋਂ ਲੈ ਕੇ ਤੁਸੀਂ ਆਹ ਜਿਹੜਾ ਭੇਖੀ ਉਤਾਰਾ ਮੇਰਾ ਵੀ ਇਹ ਕਹਿਣਾ ਮੰਨਣਾ ਪੁੱਤਰ ਕਰਕੇ ਗਾਂ ਤੁਸੀਂ ਆਪ ਜਪੋ, ਅਵਰਾ ਨਾਮ ਜਪਾਵੋ। ਗੁਰੂ ਦੇ ਪਿਆਰਿਓ, ਫਿਰ ਬਾਬਾ ਸ਼੍ਰੀ ਚੰਦ ਜੀ 62 ਪਿੰਡ ਚਲੇ ਗਏ ਨੇ, ਉਹ ਵੀ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੀ ਹੈ। 62 ਦਾ ਮਤਲਬ ਹੈ 62 ਬੱਬੇ ਨੂੰ ਕੰਨਾ ਰਾਰਾ ਠੱਠਾ, ਇਹਦਾ ਮਤਲਬ ਹੈ ਸ਼੍ਰੀ ਚੰਦ ਮਹਾਰਾਜ ਜੀ ਨੇ, ਬਾਬਾ ਸ਼੍ਰੀ ਚੰਦ ਜੀ ਨੇ 62 ਸਾਲ ਉੱਥੇ ਤਪੱਸਿਆ ਕੀਤੀ ਹੈ। ਇੱਥੇ 3 ਗੱਦੀਆਂ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ। ਇੱਕ ਇਤਿਹਾਸ ਪੜ੍ਹਿਆ, ਗੁਰੂ ਅਰਜਨ ਦੇਵ ਜੀ ਵੀ ਬਾਬਾ ਜੀ ਨੂੰ, ਬਾਬਾ ਸ਼੍ਰੀ ਚੰਦ ਜੀ ਨੂੰ ਮਿਲਣ ਗਏ ਨੇ 62 ਦੇ ਵਿੱਚ, ਪਿੰਡ 62 ਦੇ ਵਿੱਚ ਉੱਥੇ ਬੰਦਗੀ ਕੀਤੀ ਹੈ। ਔਰ ਗੁਰੂ ਦੇ ਪਿਆਰਿਓ, ਮੈਂ ਬੇਨਤੀ ਲੱਗਾ ਕਰਨ, ਤਾਂ ਹੀ ਉਹਦਾ ਪਿੰਡ ਦਾ ਨਾਮ 62 ਪਿਆ। ਹੁਣ ਉਦਾਸੀਨ ਗੱਦੀ ਅਤੇ ਸਤਿਗੁਰੂ ਨਾਨਕ ਦੇਵ ਜੀ ਤੋਂ ਭਾਈ ਗੁਰਦਾਸ ਦੀ 12 ਦੇ ਮੁਤਾਬਕ ਅਗਵਾਈ ਦੇ ਰਹੀ ਹੈ। ਉਦਾਸੀਨ ਗੱਦੀ ਤਾਂ ਬਾਬਾ ਸ਼੍ਰੀ ਚੰਦ ਜੀ ਨੂੰ ਜਿਹੜੀ ਪ੍ਰਾਪਤ ਹੋਈ ਹੈ, ਪਿਤਾ ਜੀ ਤੋਂ ਮਿਲੀ ਹੈ। ਉਹ ਜਿਹੜਾ ਉਪਦੇਸ਼ ਹੈ ਉਹ ਤਾਂ ਪਿਤਾ ਜੀ ਤੋਂ ਮਿਲਿਆ, ਭਾਵੇਂ ਕਿ ਗੱਦੀ ਬਾਬਾ ਲਹਿਣਾ ਜੀ ਨੂੰ, ਜਿਨ੍ਹਾਂ ਦਾ ਨਾਂ ਗੁਰੂ ਜੀ ਨੇ ਆਪਣੇ ਸੀਨੇ ਨਾਲ ਲਾ ਕੇ ਬਾਬਾ ਅੰਗਦ ਦੇਵ ਜੀ ਦੂਸਰੀ ਨਾਨਕ ਦੀ ਗੱਦੀ ਸਤਿਗੁਰੂ ਅੰਗਦ ਦੇਵ ਜੀ ਬਣੇ ਨੇ। ਗੱਦੀ ਭਾਵੇਂ ਉਹਨਾਂ ਨੂੰ ਦਿੱਤੀ ਨੇ, ਪਰ ਆਪਣੇ ਨਿਰੰਕਾਰ ਜੋਤ ਆਪਣੇ ਪਿਤਾ ਜੀ ਤੋਂ ਬਾਬਾ ਸ਼੍ਰੀ ਚੰਦ ਜੀ ਨੇ ਜੋ ਉਪਦੇਸ਼ ਲਿਆ ਗੁਰੂ ਦੇ ਪਿਆਰਿਓ, ਉਹ ਦੁਨੀਆ ਭਰ ਦੇ ਵਿੱਚ ਉਹਨਾਂ ਨੇ ਉਪਦੇਸ਼ ਫੈਲਾਇਆ। ਇਹਨਾਂ ਦੇ ਚਰਨਾਂ ਵਿੱਚ ਇਹਨਾਂ ਨੂੰ ਮਿਲਣ ਵਾਸਤੇ 6ਵੀਂ ਪਾਤਸ਼ਾਹੀ ਵੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਏ ਨੇ। ਬਾਬਾ ਗੁਰਦਿੱਤਾ ਜੀ ਜਿਹੜੇ ਕਿ 6ਵੀਂ ਪਾਤਸ਼ਾਹੀ ਦੇ ਵੱਡੇ ਸਪੁੱਤਰ ਨੇ, ਔਰ ਇਹਨਾਂ ਦੇ ਹੀ, ਬਾਬਾ ਗੁਰਦਿੱਤਾ ਜੀ ਦੇ ਹੀ ਪੁੱਤਰ ਧੀਰਮੱਲ ਜੀ, ਜਿਨ੍ਹਾਂ ਦੀ ਪਹਿਲੀ ਬੀੜ ਜਿਹੜੀ ਹੈ 1604 ਵਾਲੀ, ਉਹਨਾਂ ਦਾ ਕਬਜ਼ਾ ਅੱਜ ਵੀ ਕਰਤਾਰਪੁਰ ਦੇ ਵਿੱਚ ਹੈ ਧੀਰਮੱਲੀਆਂ ਦਾ। ਉਹ ਬਾਬਾ ਗੁਰਦਿੱਤਾ ਜੀ ਦੀ ਔਲਾਦ। ਹਰ ਰਾਏ ਜੀ ਜਿਹੜੇ ਕਿ 7ਵੀਂ ਗੱਦੀ 'ਤੇ ਬੈਠੇ ਨੇ, ਉਹ ਵੀ ਬਾਬਾ ਗੁਰਦਿੱਤਾ ਜੀ ਦੇ ਹੀ ਸਪੁੱਤਰ ਨੇ। ਜਦੋਂ 6ਵੀਂ ਪਾਤਸ਼ਾਹੀ ਮਿਲਣ ਗਏ ਨੇ ਬਾਬਾ ਸ਼੍ਰੀ ਚੰਦ ਜੀ ਨੂੰ, ਉਹਨਾਂ ਦੇ ਨਾਲ ਸੀਗੇ ਬਾਬਾ ਗੁਰਦਿੱਤਾ ਜੀ, ਬਾਬਾ ਸ਼੍ਰੀ ਚੰਦ ਜੀ, ਅਨੀ ਰਾਏ ਜੀ, ਬਾਬਾ ਅਟਲ ਜੀ, ਸਤਿਗੁਰੂ ਤੇਗ ਬਹਾਦਰ ਜੀ, ਉਸ ਵੇਲੇ ਤੇਗ ਬਹਾਦਰ ਸੀ। ਜਾ ਕੇ ਜਦੋਂ ਮਿਲਣੀ ਹੋਈ ਆ, ਕਹਿੰਦੇ ਨੇ ਕਿ ਇਤਿਹਾਸ ਦੱਸਦਾ 6 ਮਹੀਨੇ ਰਹੇ ਨੇ ਉਹਨਾਂ ਦੇ ਕੋਲ। ਇਤਿਹਾਸ ਦੱਸਦਾ ਬਾਬਾ ਸ਼੍ਰੀ ਚੰਦ ਦੇ ਕੋਲ 6ਵੀਂ ਪਾਤਸ਼ਾਹੀ 6 ਮਹੀਨੇ ਰਹੇ ਨੇ, ਬਚਨ ਬਲਾਸ ਹੁੰਦਾ ਰਿਹਾ। ਅਤੇ ਬਾਬਾ ਜੀ ਨੇ ਕਿਤੇ ਸਵਾਲ ਪੈਦਾ ਕਰ ਦਿੱਤਾ, ਵੀ ਬਾਬਾ ਗੁਰਦਿੱਤਾ ਜੀ ਆਪਣੇ ਬੱਚੇ ਕਿੰਨੇ ਨੇ? ਕਹਿੰਦੇ ਜੀ ਸਾਡੇ ਕਾਦੇ, ਤੁਹਾਡੇ ਹੀ ਹੈ, ਤੁਹਾਡੀ ਕਿਰਪਾ। ਕਹਿੰਦੇ ਵੀ ਸਾਡਾ ਕੌਣ ਹੈ? ਅਤੇ ਉਸ ਵੇਲੇ ਬਾਬਾ ਗੁਰਦਿੱਤਾ ਜੀ ਨੂੰ, ਬਾਬਾ ਸ਼੍ਰੀ ਚੰਦ ਜੀ ਨੂੰ ਸਪੁਰਦ ਕਰ ਦਿੱਤਾ 6ਵੀਂ ਪਾਤਸ਼ਾਹੀ ਨੇ। ਅਤੇ ਬਾਬਾ ਸ਼੍ਰੀ ਚੰਦ ਨੇ ਬਾਬਾ ਗੁਰਦਿੱਤਾ ਜੀ ਨੂੰ ਕਹਿਤਾ, ਬਾਬਾ ਗੁਰਦਿੱਤਾ ਹੈ ਦੀਨ ਦੁਨੀ ਦਾ ਟਿੱਕਾ। ਹਾਂਜੀ, ਜੈ ਗੁਰਦੇਵ ਜੀ। ਕਿਉਂਕਿ ਜੈ ਗੁਰਦੇਵ, ਮੈਂ ਬਲਦੀਪ ਸਿੰਘ ਬੋਲਦਾ ਜੀ, ਬਲੇਰੀ। ਮੈਂ ਤੁਹਾਡਾ ਸ਼ੁਰੂ ਦੇ ਪ੍ਰੋਗਰਾਮ ਸੁਣ ਰਿਹਾ ਹਾਂ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ, ਜਿਹੜਾ ਕਿ ਤੁਸੀਂ ਇਤਿਹਾਸ ਦੱਸ ਰਹੇ ਹੈ ਨੇ ਜੀ। ਇਹ ਜਿੰਨੀ ਵੀ ਮਨੁੱਖਤਾ ਉਹਨੂੰ ਸੁਣਨ ਦੀ ਲੋੜ ਆ ਜੀ, ਕਿਸੇ ਦੇ ਉਂਗਲਾ ਚੱਕਣ ਤੋਂ ਪਹਿਲਾਂ ਕਿ ਨਹੀਂ
ਜੀ ਸੁਣਨ ਦੀ ਲੋੜ ਹੈ, ਸੁਣ ਕੇ ਉੱਤੇ ਸਾਨੂੰ ਅਸਰ ਕਰਨ ਦੀ ਲੋੜ ਹੈ ਕਿ ਸਾਡੇ ਗੁਰੂ ਪੀਰ ਪੈਗੰਬਰਾਂ ਨੇ ਕੀਤਾ ਕੀ ਸਾਡੇ ਲਈ, ਹੈ ਨਾ ਜੀ। ਐਵੇਂ ਇੱਕ ਦੂਜੇ ਨੂੰ ਦੋਸ਼ ਦੇਣੇ ਜਾਂ ਇੱਦਾਂ ਕਹਿਣਾ ਜੀ ਠੀਕ ਨਹੀਂ। ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਤੁਸੀਂ ਇਤਿਹਾਸ ਦੱਸਿਆ ਜੀ ਏ ਟੂ ਜੈਡ, ਔਰ ਗਾਂਹ ਵੀ ਦੱਸਣ ਦੀ ਕੋਸ਼ਿਸ਼ ਕਰਦੇ ਹਾਂ। ਸਾਨੂੰ ਜ਼ਰੂਰ ਸੁਣ ਕੇ ਇਹਦੇ ਅਸਰ ਕਰਕੇ ਇਹਨੂੰ ਪੜ੍ਹ ਕੇ ਫਿਰ ਹੀ ਗਾਂਹ ਸਟੈਪ ਲੈਣੇ ਚਾਹੀਦੇ ਕਿਸੇ ਨੂੰ ਚੰਗਾ ਜੰਮਾ ਨਾ ਕਹਿਣ ਲਈ। ਜੀ ਥੈਂਕ ਯੂ ਭਾਜੀ, ਬਹੁਤ ਧੰਨਵਾਦ। ਥੈਂਕ ਯੂ ਵੀਰ ਜੀ, ਥੈਂਕ ਯੂ ਗੁਰੂ ਪਿਆਰਿਓ, ਜੋ ਮੈਨੂੰ ਡਿਊਟੀ ਮਿਲੀ ਹੈ, ਜੋ ਮੈਂ ਆਪਣੇ ਆਪ ਨੂੰ ਖੁਸ਼ ਕਿਸਮਤ ਸਮਝਦਾ ਕਿ ਮੈਂ ਆਵਾਗੌਣ ਪ੍ਰੋਗਰਾਮਾਂ ਦੀ ਬਜਾਏ, ਜੋ ਮੇਰੇ ਮਾਪਿਆਂ ਨੇ ਵੀ ਮੇਰੇ 'ਤੇ ਆਸ ਰੱਖੀ ਸੀ ਕਿ ਇਹ ਜੋ ਇਹਨੂੰ ਅਸੀਂ ਕਿਹਾ ਵੀ ਕਿਤੇ ਵੀ ਕੋਈ ਜਗ੍ਹਾ ਮਹਾਂਪੁਰਸ਼ਾਂ ਦੀ ਕਿਤੇ ਵੀ ਧਾਰਮਿਕ ਸਥਾਨ ਹੋਵੇ ਔਰ ਉੱਥੇ ਸਿਰ ਉੱਚਾ ਕਰਕੇ ਹੰਕਾਰ ਨਾਲ ਨਹੀਂ ਨ ਜਾਣਾ, ਉੱਥੇ ਸਿਰ ਨੀਵਾਂ ਕਰਕੇ ਜਾਣਾ। ਕੋਸ਼ਿਸ਼ ਕਰ ਰਿਹਾ ਮਾਂ ਬਾਪ ਦਾ, ਆਪਣੇ ਮਹਾਂਪੁਰਸ਼ਾਂ ਦਾ, ਅਤੇ ਇੱਦਾਂ ਦੇ ਜਿਹੜੀਆਂ ਮੈਨੂੰ ਊਰਜਾ ਮਿਲ ਰਹੀ ਹੈ, ਐਨਰਜੀ ਮਿਲ ਰਹੀ ਹੈ ਕਿ ਮੈਂ ਇਸ ਪਾਸੇ ਨੂੰ ਨਾ ਛੱਡ ਸਕਾਂ। ਮੇਰੀ ਗੁਰੂ ਦੇ ਨਾਲ, ਗੁਰੂ ਚਰਨਾਂ ਦੇ ਵਿੱਚ ਮੇਰੀ ਤੋੜ ਨਿਭ ਜਾਏ, ਬਸ ਇਹ ਦਿਲ ਦਾ ਇੱਕ ਮੇਰਾ ਪ੍ਰਣਵਾ। ਅਤੇ ਮੈਂ ਕੋਸ਼ਿਸ਼ ਕਰਦਾ ਵੀ ਮੈਂ ਫੋਟੋ ਖਿਚਾਉਣ ਦੀ ਬਜਾਏ ਵੀ ਜੇ ਮੇਰੇ ਨੂੰ ਮੇਰੇ ਪੱਲੇ ਕੁਛ ਪਿਆ, ਪੱਲੇ ਵੀ ਤਾਂ ਪੈਂਦਾ, ਮਿਹਨਤ ਕਰਨੀ ਪੈਂਦੀ ਹੈ, ਜਾਗਣਾ ਪੈਂਦਾ, ਕਿਤਾਬਾਂ ਪੜ੍ਹਨੀਆਂ ਪੈਂਦੀਆਂ, ਇਤਿਹਾਸ ਘੋਖਣਾ ਪੈਂਦਾ, ਇਤਿਹਾਸ ਨੂੰ ਤਰਤੀਬ ਦੇ ਨਾਲ ਜੋੜਨਾ ਪੈਂਦਾ ਵੀ ਕਿਹੜੀ ਗੱਲ ਕਿੱਥੇ ਬਣਦੀ, ਕਿਹੜੀ ਗੱਲ ਕਿੱਥੇ ਬਣਦੀ ਹੈ, ਔਰ ਉਹਦੇ ਵਾਸਤੇ ਸੂਝਤ ਹੈ, ਬੁੱਧੀ ਵਰਤਣੀ ਪੈਂਦੀ ਹੈ, ਤਾਂ ਕਿਤੇ ਤੁਹਾਡੇ ਚਰਨਾਂ 'ਚ ਬੈਠ ਕੇ ਮੈਂ ਇਹ ਪ੍ਰੋਗਰਾਮ ਲੈ ਕੇ ਆਉਂਦਾ। ਪਰ ਤੁਹਾਡੀਆਂ ਆਸ਼ੀਰਵਾਦਾਂ ਤੁਸੀਂ ਸੁਣਦੇ ਹੋ, ਬਹੁਤ ਸਾਰੇ ਮੈਨੂੰ ਕਹਿੰਦੇ ਤੈਨੂੰ ਫੋਨ ਨਹੀਂ ਕਿਉਂ ਆਉਂਦਾ, ਪਰ ਜਦੋਂ ਮੈਨੂੰ ਘਰ ਫਿਰ 15-20 ਆ ਕੇ ਫੋਨ ਆਉਂਦੇ ਆ, ਕਾਕਾ ਜੀ, ਭਰਾ ਜੀ, ਵੀਰ ਜੀ, ਸ਼ੌਂਕੀ ਸਾਹਿਬ, ਅਸੀਂ ਤਾਂ ਨਹੀਂ ਫੋਨ ਕਰਦੇ ਵੀ ਜੋ ਤੁਸੀਂ ਸਾਨੂੰ ਇਤਿਹਾਸ ਦੱਸਦੇ ਹੋ, ਅਸੀਂ ਤੁਹਾਨੂੰ ਡਿਸਟਰਬ ਕਰਕੇ ਤੁਹਾਡੀ ਇੱਕ ਧਿਆਨ ਨੂੰ ਭਟਕਾ ਕੇ ਹੋਰ ਪਾਸੇ ਨਹੀਂ ਲਿਜਾਣਾ ਚਾਹੁੰਦੇ। ਤੁਹਾਡੀਆਂ ਆਸ਼ੀਰਵਾਦਾਂ ਦਾ ਬਹੁਤ ਬਹੁਤ ਧੰਨਵਾਦ। ਆਓ ਗੁਰੂ ਦੇ ਪਿਆਰਿਓ, ਮੈਨੂੰ ਕਿਸੇ ਨੇ ਸਵਾਲ ਕੀਤਾ ਸੀ ਕਿ ਜਿਹੜੇ ਉਦਾਸੀਨ ਗੱਦੀ ਵਾਲੇ ਹੁੰਦੇ ਨੇ ਉਹ ਸਾਰੇ ਹੀ ਅਣਵਿਆਹੇ ਹੁੰਦੇ ਨੇ, ਸ਼ਾਦੀਸ਼ੁਦਾ ਨਹੀਂ ਹੁੰਦੇ, ਅਤੇ ਜਿਨ੍ਹਾਂ ਨੂੰ ਗੱਦੀ ਮਿਲੀ ਹੈ, ਜਿਸ ਗੱਦੀ ਤੋਂ ਮੇਰੇ ਸਾਹਮਣੇ ਘੱਟ ਤੋਂ ਘੱਟ ਮੈਂ ਰਾਤੀ ਜਦੋਂ ਇਤਿਹਾਸ ਪੜ੍ਹ ਰਿਹਾ ਸੀ, ਵੱਡੇ ਵੱਡੇ ਬਾਬਾ ਵੀਰ ਰਾਮਦਾਸ ਜੀ ਬਦੋਸੀ ਵਾਲੇ, ਜਿਨ੍ਹਾਂ ਦੀ ਉਮਰ ਸੈਂਕੜੇ ਸਾਲ ਹੋਈ ਹੈ, ਉਹ ਵੀ ਉਦਾਸੀਨ ਗੱਦੀ 'ਚੋਂ ਆ, ਸੰਤ ਪ੍ਰੀਤਮ ਦਾਸ ਜੀ, ਸੰਤ ਸੰਤੋਖ ਦਾਸ ਜੀ ਨਿਰਵਾਨ, ਜਿਹੜੇ ਕਿ ਜਿਨ੍ਹਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਦੇ ਜਿੱਥੇ ਜਿਹੜਾ ਸਰੋਵਰ ਆ ਸ਼੍ਰੀ ਹਰਿਮੰਦਰ ਸਾਹਿਬ ਜੀ ਵਾਲਾ, ਰਾਵੀ ਦਰਿਆ ਦੇ ਵਿੱਚੋਂ 22 ਮੀਲ ਹੰਸਲੀ ਪੁੱਟ ਕੇ, ਸੂਆ ਪੁੱਟ ਕੇ 700 ਸਾਧੂਆਂ ਨਾਲ ਲੈ ਕੇ ਇਹ ਰਾਵੀ ਦਰਿਆ 'ਚ ਪਾਣੀ ਸਾਧੂਆਂ ਨੇ ਪਾਇਆ, ਸੰਤਾਂ ਨੇ, ਇਹ ਵੀ ਉਦਾਸੀਨ ਗੱਦੀ ਹੈ। ਫਿਰ ਬ੍ਰਹਮ ਅਖਾੜਾ ਆ, ਉੱਥੋਂ ਦੇ ਸੰਤ ਮਾਂਡੀ ਗੁਰਵਿੰਦਰ ਸਿੰਘ ਜੀ ਮਾਂਡੀ ਨੇ, ਔਰ ਰਜਿੰਦਰ ਦਾਸ ਜੀ ਉੱਪਲ ਨੇ, ਬਿਰਸਾ ਸਾਹਿਬ ਜੀ ਗੋਬਿੰਦ ਸਦਨ ਵਾਲੇ ਨੇ, ਸਾਹਿਬ ਦਾਸ ਜੀ ਮੰਗਵਾਲ ਵਾਲੇ ਨੇ, ਭਗਵਾਨ ਦਾਸ ਜੀ ਤਪਾ ਮੰਡੀ ਵਾਲੇ ਨੇ, ਇੱਦਾਂ ਮੇਰੇ ਕੋਲ ਘੱਟ ਤੋਂ ਘੱਟ 123 ਮਹੰਤਾਂ ਦੀ ਲਿਸਟ ਆ, ਜਿਹੜੇ ਵੱਡੇ ਵੱਡੇ ਅਖਾੜੇ ਨੇ, ਜਿਨ੍ਹਾਂ ਦੇ 200-200 ਖੇਤਾਂ ਦੇ ਵਿੱਚ, ਏਕੜਾਂ ਦੇ ਵਿੱਚ ਡੇਰੇ ਬਾਬਾ ਸ੍ਰੀ ਚੰਦ ਜੀ ਦਾ ਉਪਦੇਸ਼ ਅਪਣਾ ਰਹੇ ਨੇ ਅਤੇ ਲੋਕਾਂ ਵਿੱਚ ਫੁਲਾ ਰਹੇ। ਗੁਰੂ ਦੇ ਪਿਆਰਿਓ, ਬਾਬਾ ਸ੍ਰੀ ਚੰਦ ਜੀ ਦੀ ਜਦੋਂ
ਬਾਬਾ ਗੁਰਦਿੱਤਾ ਜੀ ਛੇਵੀਂ ਪਾਤਸ਼ਾਹ ਨੇ ਆਪਣੇ ਵੱਡੇ ਪੁੱਤਰ ਸਪੁੱਤਰ ਦਿੱਤਾ ਹੈ, ਅਤੇ ਸੇਲੀ ਟੋਪੀ ਬਾਬਾ ਸ੍ਰੀ ਚੰਦ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਦਿੱਤੀ। ਬਾਬਾ ਗੁਰਦਿੱਤਾ ਜੀ ਵਿਆਹੇ ਹੋਏ ਹਨ ਔਰ ਇਹਨਾਂ ਦੀ ਸ਼ਾਦੀ ਗੁਰੂ ਦੇ ਪਿਆਰਿਓ ਮੈਂ ਬੇਨਤੀ ਕਰਦਾ ਰਾਮੇ ਖੱਤਰੀ ਬਟਾਲੇ ਦੇ ਨਿਵਾਸੀ ਖੱਤਰੀ ਜਾਤ ਦੇ ਜਿਹੜੇ ਕਿ ਬਟਾਲੇ ਰਾਮਾ ਜੀ ਔਰ ਉਹਨਾਂ ਦੀ ਸਪੁੱਤਰੀ ਅਨੰਤੀ ਦੇ ਨਾਲ ਹੋਈ ਹੈ। ਬਾਬਾ ਗੁਰਦਿੱਤਾ ਜੀ ਦਾ ਸਪੁੱਤਰ ਧੀਰਮੱਲ ਜਿਹੜੇ ਕਿ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਉੱਤੇ ਵੀ ਕਾਬਜ਼ ਸੀ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਵੀ ਮੱਥਾ ਨਹੀਂ ਟੇਕਣ ਦਿੱਤਾ, ਅੰਦਰ ਨਹੀਂ ਵੜਨ ਦਿੱਤਾ, ਅਤੇ ਜਿਹੜੀ 1604 ਵਿੱਚ 975 ਵਰਕੇ ਵਾਲੀ ਭੀੜ ਹੈ ਗੁਰਦੁਆਰਾ ਥੰਮ ਜੀ ਸਾਹਿਬ ਦੇ ਵਿੱਚ ਕਰਤਾਰਪੁਰ ਜਲੰਧਰ, ਉਹ ਧੀਰਮੱਲੀਆਂ ਦੀ ਔਲਾਦ ਦੇ ਕੋਲ ਹੈ ਇਸ ਵੇਲੇ, ਉਹ ਕਾਬਜ਼ ਨੇ। ਔਰ ਇਹਦੇ ਨਾਲ ਹੀ ਗੁਰੂ ਦੇ ਪਿਆਰਿਓ ਕੀਰਤਪੁਰ ਸਾਹਿਬ ਜਿੱਥੇ ਅਖੀਰ ਦੇ ਉੱਤੇ ਤੁਸੀਂ ਜਿਹੜਾ ਕੋਈ ਪ੍ਰਾਣੀ ਚੱਲ ਜਾਵੇ ਸਿੱਖ ਸਮਾਜ ਉੱਥੇ ਫਿਰ ਫੁੱਲ ਤਾਰਨ ਜਾਂਦਾ, ਉੱਥੇ ਬਾਬਾ ਗੁਰਦਿੱਤਾ ਜੀ ਨੇ ਜਾ ਕੇ ਜੋਤੀ ਜੋਤ ਸਮਾਏ, ਉੱਥੇ ਕੀਰਤਪੁਰ ਹੋਏ ਨੇ ਅਤੇ ਬਾਬਾ ਗੁਰਦਿੱਤਾ ਜੀ ਦੇ ਦੋ ਸਪੁੱਤਰ ਬਾਬਾ ਧੀਰਮੱਲ ਜੀ ਅਤੇ ਸੱਤਵੀਂ ਪਾਤਸ਼ਾਹੀ ਸ਼੍ਰੀ ਹਰ ਰਾਏ ਜੀ, ਸਤਿਗੁਰੂ ਹਰ ਰਾਏ ਜੀ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਨੇ। ਔਰ ਗੁਰੂ ਦੇ ਪਿਆਰੇ ਆਓ ਮੈਂ ਫਿਰ ਬੇਨਤੀ ਕਰਾਂ, ਬਾਬਾ ਸ੍ਰੀ ਚੰਦ ਜੀ ਨੇ ਜੋ ਨਾਮ ਜਪਾਇਆ, ਇੱਥੋਂ ਤੱਕ ਸਤਿਗੁਰੂ ਰਾਮਦਾਸ ਜੀ ਜਦੋਂ ਆਏ ਨੇ ਮੇਰੇ ਸਾਹਮਣੇ, ਉਹ ਵੀ ਇਤਿਹਾਸ ਪਿਆ, ਮੈਂ ਸਮਾਪਤੀ ਵੱਲ ਵੱਧ ਰਿਹਾ, ਮੇਰੇ ਸਾਹਮਣੇ ਇਤਿਹਾਸ ਪਿਆ। ਔਰ ਇੱਕ ਬਹੁਤ ਵੱਡੇ ਵਿਦਵਾਨ ਨੇ, ਬਹੁਤ ਹੀ ਵੱਡੇ ਵਿਦਵਾਨ ਨੇ, ਭਾਈ ਸਾਹਿਬ ਭਾਈ ਗਿਆਨੀ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ, ਉਹਨਾਂ ਨੇ ਇਤਿਹਾਸ ਦੇ ਵਿੱਚ ਬਹੁਤ ਤੁਕਾਂ ਬੋਲੀਆਂ ਨੇ ਕਿ ਜਦੋਂ ਰਾਮਦਾਸ ਜੀ ਸਤਿਗੁਰੂ ਰਾਮਦਾਸ ਜੀ ਬਾਬਾ ਸ੍ਰੀ ਚੰਦ ਜੀ ਨੂੰ ਮਿਲਣ ਗਏ ਨੇ, ਅਤੇ ਮੈਂ ਤੁਕਾਂ ਨਹੀਂ ਬੋਲ ਰਿਹਾ ਇਸ ਵੇਲੇ, ਅਤੇ ਬਾਬਾ ਸ੍ਰੀ ਚੰਦ ਜੀ ਨੇ ਇੱਥੇ ਵੀ ਬਹੁਤ ਕਿਣਤੂ ਪ੍ਰੰਤੂ ਹੁੰਦਾ ਵੀ ਆ ਹੋਣਾ ਵੀ ਆ, ਪਰ ਮੈਨੂੰ ਇਹ ਪਰਵਾਹ ਨਹੀਂ, ਇਤਿਹਾਸ ਦੱਸ ਰਿਹਾ। ਬਾਬਾ ਸ੍ਰੀ ਚੰਦ ਜੀ ਨੇ ਪੁੱਛਿਆ ਵੀ ਮਹਾਂਪੁਰਸ਼ੋ ਤੁਸੀਂ ਦਾੜਾ ਬਹੁਤ ਵਧਾਇਆ, ਬਹੁਤ ਸੋਹਣਾ ਫੱਬਦਾ ਹੈ, ਅਤੇ ਉਹਨਾਂ ਨੇ ਅੱਗਿਓਂ ਜਵਾਬ ਦਿੱਤਾ ਹੈ ਮਹਾਂਪੁਰਸ਼ ਤੁਹਾਡੇ ਵਰਗੇ ਮਹਾਂਪੁਰਸ਼ ਜਿਹੜੇ ਸਾਡੇ ਗੁਰੂ ਦੇ ਫਰਜ਼ੰਦ ਨੇ, ਜਿਹੜੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਉਹਨਾਂ ਉਪਦੇਸ਼ਾਂ ਨੂੰ ਲੈ ਕੇ ਦੁਨੀਆ ਵਿੱਚ ਸਾਡੇ ਗੁਰਾਂ ਦਾ ਪ੍ਰਚਾਰ ਕਰ ਰਹੇ, ਉਹਨਾਂ ਦੇ ਹੁਕਮ ਦੀ ਤੁਸੀਂ ਪਾਲਣਾ ਕਰਕੇ ਪ੍ਰਚਾਰ ਕਰ ਰਹੇ ਹੋ, ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਵਾਸਤੇ ਆ, ਕਿੱਡੀ ਵੱਡੀ ਇਹ ਤੋਂ ਸਾਨੂੰ ਸਿੱਖ ਲੈਣਾ ਚਾਹੀਦਾ, ਸਤਿਗੁਰੂ ਰਾਮਦਾਸ ਜੀ ਗੱਦੀ 'ਤੇ ਬੈਠੇ ਹੋਇਆ ਸਾਨੂੰ ਇੰਨੀ ਨਮਰਤਾ ਦੱਸ ਰਹੇ ਨੇ। ਸਤਿਗੁਰੂ ਅਰਜਨ ਦੇਵ ਜੀ ਨੇ ਹਮ ਨਿਰਗੁਣ ਆਰੇ ਕੋ ਗੁਣ ਨਾਹੀਂ, ਸਾਡੇ 'ਚ ਕੋ ਮਾੜਾ ਜਿਹਾ ਗੁਣ ਆਵੇ ਧੌਣ ਆਕੜ ਜਾਂਦੀ ਹੈ, ਅਸੀਂ ਗਿਆਨੀ ਬਣ ਜਾਈਏ, ਪਾਠ ਆ ਜਾਵੇ, ਕੀਰਤਨ ਆ ਜਾਵੇ, ਕਿਤੇ ਬੋਲਣਾ ਆ ਜਾਵੇ। ਅਤੇ ਜਿਨ੍ਹਾਂ ਨੇ ਬਾਣੀ ਲਿਖੀ ਆ, ਜਿਨ੍ਹਾਂ ਨੂੰ ਧੁਰ ਤੋਂ ਬਾਣੀ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ, ਇਹਨਾਂ ਜੋਤਾਂ ਨੂੰ ਇਹਨਾਂ ਮਹਾਂਪੁਰਸ਼ਾਂ ਨੂੰ ਨਿਰੰਕਾਰ ਨੇ ਆਪ ਬਾਣੀ ਆਕਾਸ਼ ਬਾਣੀ ਰਾਹੀਂ ਭੇਜੀ ਹੈ ਗੁਰੂ ਦੇ ਪਿਆਰੇ, ਉਹਨਾਂ ਨੇ ਇੰਨੀ ਨਮਰਤਾ ਦਿਖਾਈ ਹੈ। ਅਤੇ ਗੁਰੂ ਦੇ ਪਿਆਰੇ ਫਿਰ ਬਾਬਾ ਸ੍ਰੀ ਚੰਦ ਜੀ ਨੇ ਸਤਿਗੁਰੂ ਰਾਮਦਾਸ ਜੀ ਨੂੰ ਕਿਹੜਾ ਸੁਨੇਹਾ ਦਿੱਤਾ ਹੈ, ਸਾਡੇ ਇਸੇ ਨਮਰਤਾ ਦੇ ਨਾਲ ਸਾਡੇ ਘਰ ਦੀ ਗੱਦੀ ਨੂੰ ਵੀ ਤੁਸੀਂ ਲੈ ਲਿਆ, ਅੱਜ ਤੁਸੀਂ ਜੋ ਕੁਛ ਮੇਰੇ ਪੱਲੇ ਵੀ ਸੀ ਤੁਹਾਡੀ ਨਮਰਤਾ ਨੂੰ ਮੈਂ ਉਹ ਵੀ ਤੁਹਾਡੀ ਝੋਲੀ ਵਿੱਚ ਪਾ ਰਿਹਾ। ਆਓ ਸਾਂਝਾਂ ਪਾਈਏ, ਮਹਾਂਪੁਰਸ਼ਾਂ ਦੇ ਕਿੰਤੂ ਪਰੰਤੂ ਨਾ ਕਰੀਏ, ਸੰਤ ਕਾ ਦੁਖੀ ਮਹਾ ਹਥਿਆਰਾ,
ਹਤਿਆਰਾ ਉਹ ਹੁੰਦਾ ਹੈ ਜਿਹਨੇ ਕਤਲ 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 ਅਤੇ ਕਤਲ, ਜਿਹਦਾ ਇਰਾਦਾ ਹੀ ਕਤਲ ਹੋਵੇ, ਜਿਹਦਾ ਮਨ ਹੀ ਕਤਲ ਹੋਵੇ, ਉਹਨੂੰ ਮਹਾਂ ਹਤਿਆਰਾ ਕਹਿੰਦੇ ਆ। ਜਿਹੜਾ ਸੋਚਦਾ ਹੀ ਸੌਂਦਿਆਂ ਖਾਂਦਿਆਂ ਪੀਂਦਿਆਂ, ਗੁਰੂ ਦੇ ਪਿਆਰਿਓ, ਉਹ ਹਮੇਸ਼ਾ ਹੀ ਸੰਤਾਂ ਦੀ ਨਿੰਦਿਆ, ਉਹਨੂੰ ਸੁਖਮਨੀ ਸਾਹਿਬ ਦੇ ਵਿੱਚ 13ਵੀਂ ਅਸ਼ਟਪਦੀ ਵਿੱਚ ਉਹਨਾਂ ਦੇ ਸਾਰਿਆਂ ਦੇ ਦੁੱਖਿਆਂ ਦੇ ਇਲਾਜ ਦੱਸ ਦਿੱਤੇ ਨੇ ਵੀ ਇਹਨਾਂ ਦੇ ਇਲਾਜ ਆਹ ਹੋਣੇ ਨੇ। ਸੰਤ ਕਾ ਦੁਖੀ ਮਹਾਂ ਤਿਆਰਾ, ਅੱਜ ਬਾਬਾ ਸ੍ਰੀ ਚੰਦ 'ਤੇ ਵੀ ਕਿੰਤੂ ਪਰੰਤੂ ਕਰਨ ਵਾਲਿਓ, ਮਹਾਂਪੁਰਸ਼ਾਂ ਦੇ ਕਿੰਤੂ ਪਰੰਤੂ ਕਰਨ ਵਾਲਿਓ, ਸੁਖਮਨੀ ਸਾਹਿਬ ਜੀ ਦੀ 13ਵੀਂ ਅਸ਼ਟਪਦੀ ਨੂੰ ਜ਼ਰੂਰ ਪੜ੍ਹ ਲਿਆ ਕਰੋ ਤਾਂ ਕਿ ਸਾਨੂੰ ਜ਼ਿੰਦਗੀ ਵਿੱਚ ਜਿਉਣ ਦਾ ਚੱਜ ਆ ਜਾਵੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਉਦਾਸੀ ਦੀਆਂ 6 ਕਿਸਮਾਂ ਲੈ ਕੇ ਆਇਆ ਸੀ, 6 ਭੇਦ ਹੈ, ਉਹ ਮੈਂ ਤੁਹਾਨੂੰ ਹੋ ਸਕਦਾ ਅਗਲੇ ਪ੍ਰੋਗਰਾਮ ਦੇ ਵਿੱਚ ਜਾਂ ਇਸ ਤੋਂ ਜਿਹੜਾ ਆਉਣ ਵਾਲਾ ਬ੍ਰੇਕ ਤੋਂ ਬਾਅਦ ਹੈ, ਮੈਂ ਚੰਦ ਕੁ ਮਿੰਟ ਉਸ ਤੋਂ ਬਾਅਦ ਲਾਵਾਂਗਾ। ਆਓ ਮੈਂ ਤੁਹਾਨੂੰ ਜੁੜ ਰਿਹਾ ਇਸ ਵੇਲੇ, ਜਿਹੜੀਆਂ 6 ਭੇਦ ਨੇ ਉਦਾਸੀਨ ਦੇ, ਸੋ ਉਹਦੇ ਨਾਲ ਵੀ ਮੈਂ ਜੋੜਾਂਗਾ। ਕਾਂਸ਼ੀ ਟੀਵੀ ਨਾਲ ਜੁੜੇ ਰਹੋ। ਮੈਂ ਹੁਣੇ ਹੀ ਗਿਆ ਅਤੇ ਆਇਆ, ਫਿਰ ਮੈਂ ਸਤਿਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਉੱਤੇ ਵੀ ਗੱਲ ਕਰਾਂਗਾ, ਹੋਰ ਵੀ ਗੱਲਾਂ ਕਰਾਂਗਾ। ਜੈ ਗੁਰਦੇਵ।